ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਲੈ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚਿਆ, ਕਹਿੰਦੇ ਵੀ ਲੱਕੀ ਕੋਲੇ ਲਹਿਰੇ ਗਾਗੇ, ਜਗ੍ਹਾ ਵੀ ਲਹਿਰੇ ਗਾਗੇ ਜਿੱਥੇ ਮਈਆਂ ਖੜੀਆਂ ਨੇ, ਤਹਿਸੀਲ ਵੀ ਲਹਿਰਾ ਗਾਗਾ, ਜ਼ਿਲ੍ਹਾ ਸੰਗਰੂਰ, ਨੇੜੇ ਜਾਖਲ ਹਰਿਆਣਾ। ਇੱਕ ਤਾਂ ਦਿਖਾਵਾਂਗੇ ਤੁਹਾਨੂੰ ਆਹ ਬੂਰੀ ਝੋਟੀ ਤਾਜ਼ੀ ਸੂਈ, ਤੇ ਇੱਕ ਦਿਖਾਵਾਂਗੇ ਇੱਧਰਲੇ ਬੰਨੇ ਕਹਿੰਦੇ ਵੀ ਬੂਰਾ ਅੰਗਰੇਜ਼ ਦਿਖਾ ਦਾਂਗੇ। ਖੜਾ ਕਰ ਸੇ ਵੀਰ, ਇਹ ਆ ਗਿਆ ਕੱਟਾ, ਤੇ ਇੱਕ ਦਿਖਾਵਾਂਗੇ ਆਹ ਗਾਂ। ਸ਼ੁਰੂਆਤ ਇਧਰਲੇ ਬੰਨੂ ਕਰਾਂਗੇ, ਬਾਈ ਨੂੰ ਇਧਰੇ ਸੱਦਾਂਗੇ ਆਪਾਂ। ਇਹ ਤਾਜ਼ੀ ਸੂਈ ਆ, ਚੰਗੇ ਦੁੱਧ ਦੀ ਮਾਲਕਾ, ਤੇ ਆ ਜਾ ਲੱਕੀ ਫਿਰ ਇਧਰਲੇ ਬੰਨੂ ਕਰਦੇ ਆ ਕੰਮ ਸਟਾਰਟ। ਹੋਰ ਕਿਵੇਂ ਆ? ਵਧੀਆ ਜੀ, ਵਧੀਆ ਬਾਈ। ਚੜ੍ਹਦੀ ਕਲਾ? ਚੜ੍ਹਦੀ ਕਲਾ ਜੀ, ਚੜ੍ਹਦੀ। ਚੱਲਦਾ ਕੰਮ ਲੋਟ? ਹਾਂ, ਇੱਕ ਨੰਬਰ ਬਾਈ। ਲੈ ਖੋਲ ਬਾਈ, ਖੋਲ ਗਾ, ਖੋਲ ਬਾਈ। ਤੰਗ ਨਾ ਕਰ ਬੱਚੇ ਨੂੰ। ਨਾ ਨਾ, ਸੂਆ ਕਿਹੜਾ ਦਾ? ਸੂਆ ਦੂਜਾ ਵੀਰੇ। ਸੂਆ ਦੂਜਾ, ਤੇ ਸੂਈ ਕਿੰਨੇ ਦਿਨ ਦੀ ਹੋ ਗਈ? ਸੂਈ ਨੂੰ ਹੋ ਗਏ ਪੂਰੀ 6-7 ਦਿਨ ਬਾਈ। 6-7 ਦਿਨ ਦੀ ਸੂਈ ਆ, ਕੱਦ ਵੀ ਚੰਗਾ ਬੈਠਦਾ, ਜਾਨ ਵੀ ਚੰਗੀ ਆ, ਤੇ ਸੁੱਖ ਨਾਲ ਲੰਬੀ ਲੰਬੀ ਵੀ ਬਹੁਤ ਆ ਗਈ, ਤੇ ਥਣ ਦਾ ਸਾਈਜ਼ ਵੀ ਸੋਹਣਾ ਰੱਖਦੀ। ਆਰਡਰ ਤਾਂ ਉਹੀ ਗੱਲ ਆ ਵੀ ਪਹਿਲਵਾਨ ਵਾਲਾ ਕੰਮ ਇਹ ਹੋਇਆ ਪਿਆ, ਤੁਰਦੀ ਏ ਮਸਾਂ ਫਸ ਫਸ ਕੇ। ਸ਼ੁਰੂ ਚ ਹੀ ਦੱਸ ਦੇਣਾ ਜਿੰਨਾ ਦੁੱਧ ਬਾਈ ਦੱਸੂਗਾ, ਡੰਗ ਦੋ ਡੰਗ ਚੋ ਕੇ ਤਸੱਲੀ ਕਰਕੇ ਲੈ ਜਿਓ। ਹੁਣ ਕਿੰਨਾ ਬੋਲਾ ਬਾਈ? 20 ਕਿਲੋ ਬਾਈ ਗੁਰੀ, 5 ਦਿਨਾਂ ਦੀ ਸੂਈ ਥੱਲੇ। ਹਾਂ, ਕੰਡੇ ਵਾਲਾ ਦੁੱਧ ਆ ਬਾਈ। ਲੈ ਚੱਲ, ਲੈ ਚੱਲ, 20 ਕਿਲੋ ਬਾਈ ਕਹਿੰਦਾ ਕੰਡੇ ਦਾ ਇਹਦੇ ਕੋਲ ਇਸ ਟਾਈਮ ਹਾਜ਼ਰ ਹੈ। ਤੋਹਫਾ ਆ ਗਿਆ ਇਹ ਸੱਜਣੋ, ਗਰਮੀ ਸਰਦੀ ਚੱਲਣ ਵਾਲਾ, ਗਰਮੀ ਵੀ ਚੱਲੂ, ਸਰਦੀ ਵੀ ਚੱਲੂ, ਹਰੇਕ ਸੀਜ਼ਨ ਚੱਲੂਗੀ। ਇੱਕ ਗੱਲ ਹੋਰ ਹੈ ਗੁਰੀ, ਹਾਂਜੀ, ਦੁੱਧ ਵੀ ਇਹਦਾ ਨਾ ਮੱਝਾਂ ਨਾਲ ਦਾ ਬਾਈ, ਜਵਾ ਚਿੱਟਾ ਦੁੱਧ ਹੈਗਾ, ਚਿੱਟਾ ਦੁੱਧ। ਮੈਂ ਹਾਂ ਬਿਲਕੁਲ, ਜਹੀ ਜੀ 20 ਕਿਲੋ ਵਾਲੀ ਮੈਂ ਇਸ ਲੈ ਲਈ। ਹਾਂਜੀ ਹਾਂ, ਇਹੋ ਜਿਹਾ ਤੋਹਫਾ ਇਹ ਲੈ ਲਿਆ। ਬਸ ਇਹਦੇ ਪੈਸੇ ਲੱਕੀ ਕਿੰਨੇ ਲੈਣਗੇ ਬਾਈ? ਗੁਰੀ ਇਹ ਵੇਚਾਂਗੇ ਮੁੱਲ 1-5 ਕਰਾ ਲਓ, 10 ਕਰਾ ਲਓ, ਲੱਖ ਰੁਪਏ ਚੋਂ 2000 ਛੋਟ ਆਪਾਂ ਲਾਈ ਵੀ ਕਿਹਾ। ਹਾਂਜੀ, ਲੱਖ ਚੋਂ 2000 ਛੋਟ ਹੋਊਗੀ, ਲੱਖ ਚੋਂ 2000 ਛੋਟ ਇਹ ਵੱਛੀ ਦੀ। ਦੁੱਧ ਕਿੰਨਾ ਪਾ ਦੂ ਪੀਕ ਲੈਵਲ ਤੇ? ਦੁੱਧ 25 ਕਿਲੋ ਦੁੱਧ ਦੇਣਾ ਚਾਹੀਦਾ ਜੀ। 25? ਹਾਂ, ਬਹੁਤ ਹੁੰਦਾ ਗੁਰੀ, ਦੇਖ ਆਪਾਂ ਪਕਾਈ ਮਾਰਦੇ, 30 ਦੇ ਦੂ, 35 ਦੇ ਦੂ ਨਾ, 25 ਕਿਲੋ ਮੈਂ ਨਾ ਤਰਾਉਂਦਾ ਹੈਗਾ, ਮੈਂ ਇਸ ਵਰਗਾ ਦੁੱਧ ਹੈਗਾ। ਠੀਕ ਹੈ ਗੱਲ। ਹਾਂ, ਤੇ ਹੁਣ ਤੁਹਾਨੂੰ ਆਹ ਅੰਗਰੇਜ਼ ਦਾ ਬੱਚਾ ਦਿਖਾ ਦਿੰਦੇ ਨਾ। ਹਾਂਜੀ ਹਾਂ, ਭਾਲ ਕੇ ਕਿੱਧਰੋਂ ਲਿਆਂਦਾ ਇਹ? ਤਾਂ ਬੂਰੇ ਦਾ ਤੁਹਾਨੂੰ ਪਤਾ ਚੁੱਕ ਦੇਣੇ ਨੇ ਆਪਾਂ ਲਾਕੇ ਦੇ। ਵਾਈਟ ਸ਼ੇਡ ਚ ਆ ਗਿਆ ਨਾ। ਹਾਂਜੀ ਹਾਂ। ਉਮਰ ਕਿੰਨੀ ਹੈ ਬਾਈ? ਬੜਾ ਪਿਆਰਾ ਕੱਟਾ ਜੀ, 1.5 ਸਾਲ ਦਾ ਕੱਟਾ ਗੁਰੀ ਹਜੇ ਵੀਰੇ। 1.5 ਸਾਲ ਦਾ? ਹਾਂਜੀ ਹਾਂ। ਤੇ ਗੁਲਾਬੀ ਚਮੜੀ ਚ ਆ ਗਿਆ ਨਾ? ਹਾਂਜੀ ਹਾਂ, ਇਹ ਆ ਗਿਆ ਗੁਲਾਬੀ ਚਮੜੀ ਜੀ, ਟੈਸਟੀਕਲਾਂ ਦਾ ਸ਼ੁੱਧ ਹੈ। ਥੋੜਾ ਜਿਹਾ ਜਿਵੇਂ ਆਪਾਂ ਲਾ ਲਈਏ, ਡਰਦਾ ਲਾ ਲਓ ਜਾਂ ਠੰਡ ਕਰਕੇ ਲਾ ਲਓ, ਹੈ ਨਾ, ਉਹਦੇ ਕਰਕੇ ਇਕੱਠੇ ਜਿਹਾ ਕਰੀ ਖੜਾ। ਤੇ ਆ ਗਿਆ ਸ਼ਕੀਨ, ਜਿਵੇਂ ਕਹਿ ਲਈਏ ਮਿਰਗਾਂ ਦੀ ਤੋਰਿਆ ਨਾ, ਬੜਾ ਵਾ ਸਲਾਈ ਜੀ, ਰੋਕ ਲਾ ਭੱਜੂ, ਪਿਆਰਾ ਵੀ ਬਹੁਤ ਹੈ ਇਕੱਠਾ, ਦੇਖੋ ਬੋਚ ਕਰ ਕਰ ਨਹੀਂ ਜੰਮਦੇ ਗੁਰੀ ਜੀ। ਅਗਲਾ ਕਹਿੰਦੇ ਉਧਰ ਹੀ ਲੈ ਚੱਲ, ਕੋਈ ਨਹੀਂ, ਨੂਰੇ ਘੋੜੇ ਵਾਲੇ ਤਾਂ ਕੰਨ ਨੇ ਇਹਦੇ, ਦੇਖੋ ਇਹ ਤਾਂ ਭੁਲੇਖਾ, ਰਾਤ ਨੂੰ ਐਂ ਪਾ ਦੂ ਵੀ ਕੋਈ ਘੋੜੇ ਹੀ ਖੜਾ ਕਿਸੇ ਦੇ ਘਰੇ ਚਿੱਟਾ। ਹਾਂਜੀ ਹਾਂ, ਇਹਦੇ ਲੱਕੀ ਫਿਰ ਪੈਸੇ ਕਿੰਨੇ ਲਵਾਂਗੇ ਬਾਈ? 40,000 ਰੁਪਇਆ ਬਾਈ, 40,000 ਰੁਪਇਆ। ਕਿੰਨੀ ਛੋਟ ਕਰਾਂਗੇ? 40? 2000, 38 ਦਾ ਕੱਟਾ ਦੇਵਾਂਗੇ। ਹਾਂਜੀ ਹਾਂ। ਇੱਕ ਗੱਲ ਹੋਰ ਦੱਸਦਾ ਨਾ ਵੀ ਜਚੂਗਾ ਘਰੇ ਖੜਾ ਜਿਹੜਾ ਸੱਜਣ ਲੈ ਗਿਆ, ਦੇਖਣ ਆਊਗਾ ਜੀ ਲਾ ਕੇ ਪਾਲਦੇ ਨਾ, ਚਾਹੇ ਆਉਣ ਵਾਲੇ ਸਮੇਂ 'ਚ 10 ਲੱਖ ਮੰਗ ਲਓ, 10 ਦਾ ਵੀ ਇਹਦੇ ਕਿਸੇ ਨੇ ਛੱਡਣਾ ਨਹੀਂ ਅਗਲੇ ਦੇ ਕੋਲ। ਲੈ ਚੱਲ ਬਾਈ, ਪਾਲ ਨਹੀਂ ਸਕਦੇ ਇਹ ਤਾਂ ਆ ਗਈਆਂ ਆਉਣ ਵਾਲੇ ਟਾਈਮ ਦੀਆਂ ਗੱਲਾਂ, ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕੀ ਹੋਣਾ, ਹੈ ਨਾ। ਹਾਂਜੀ ਹਾਂ, ਪਰ ਅੱਜ ਜਿਹੜੀ ਇਹਦੀ ਕੁਆਲਿਟੀ ਆ, ਅੱਜ ਬਹੁਤ ਸੋਹਣਾ ਇਹ। ਆਉਣ ਵਾਲੇ ਸਮੇਂ 'ਚ ਹੋ ਸਕਦਾ ਕੋਈ ਇਹਦੀ ਬਾਹਲੀ ਜ਼ਿਆਦਾ ਸੰਭਾਲ ਕਰਦੇ, ਹੀਰਾ ਬਣਾ ਦੇ, ਹੋ ਸਕਦਾ ਇਹਨੂੰ ਹੀਰੇ ਤੋਂ ਕੋਈ ਲੋਹਾ ਬਣਾ ਦੇ, ਹੈ ਨਾ। ਸੇਵਾ ਦੇ ਪੈਸੇ ਬਾਈ ਦੀਆਂ ਗੱਲਾਂ ਨੇ, ਇਹ ਮਿਲੂਗਾ 38,000 ਰੁਪਏ ਦੇ ਵਿੱਚ, ਤੇ ਕੱਦ ਕਾਠ ਲੰਬਾਈ ਕੱਟਾ ਸ਼ਕੀਨ ਆ ਹਰੇਕ ਪੱਖ ਤੋਂ। ਤੇ ਹੁਣ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਬੂਰੀ ਝੋਟੀ ਤੇ। ਧੋਰ ਬਾਈ ਖੋਲ ਕੇ, ਇਹਦਾ ਸੂਆ ਕਿਹੜਾ? ਇਹਦਾ ਤੀਜਾ ਵੀਰੇ, ਤੀਜਾ ਸੂਆ ਮੱਝਾਂ 'ਚ ਪੈਗੀ, ਤੇ ਹੈਗੀ ਬਾਡੀ ਵਾਲੀ। ਪਰ ਹਾਂਜੀ, ਬੱਚਾ ਕੀ ਆ ਬਾਈ? ਕੱਟਾ ਬਾਈ, ਮੇਲ ਕਾਫ ਨਾਲ, ਮੇਲ ਕਾਫ ਤੇ ਜੇਰੇ ਦੀ ਲਟਕੀ ਜਾਂਦੀ ਆ। ਵੀਡੀਓ ਬਾਈ ਤੋਂ ਮੰਗਾ ਲਿਓ, ਸਿੰਘਾਂ ਦਾ ਡਿਜ਼ਾਈਨ ਇੱਕੋ ਜਿਹਾ ਪਰ ਥੋੜਾ ਦੂਰੋਂ ਮੁੜਿਆ ਹੋਇਆ। ਲੈ ਚੱਲ ਬਾਈ, ਲੈ ਚੱਲ, ਲੈ ਚੱਲ, ਮੈਂ ਕਰ ਤਰਾ ਆ, ਲਾਏ ਦੇ ਫੁਲਕਾਰੀ ਬਾਈ, ਮੜੀ ਜੀ ਲਾਏ ਦੇ, ਲਾ ਦੇ, ਲਾਏ ਆ ਬਾਡੀ ਦਾ ਤਾਂ ਪਤਾ ਲੱਗੇ, ਬਾਡੀ ਬੂਡੀ ਕਰਾ ਦਈਏ ਚੈੱਕ, ਥਣ ਦਾ ਸਾਈਜ਼ ਉੱਤੋਂ ਬਾਡੀ, ਬਾਡੀ ਵਾਲੀ ਮੈਂ ਆ ਗਈ ਬਾਈ, ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ, ਤੇ ਇੱਥੋਂ ਦੀ ਲੰਬਾਈ ਚੈੱਕ ਕਰ ਸਕਦੇ ਹੋ, ਤੇ ਗੋਲ ਮਟੋਲ ਆ ਗਈ ਜਿਵੇਂ
ਸਰਾਣਾ ਹੁੰਦਾ ਆੜਤੀਆਂ ਦਾ ਹਨਾ? ਹਾਂਜੀ ਹਾਂ, ਆੜਤੀਆਂ ਸਰਾਣੇ ਨਾਲ ਦਾ ਸਰੀਰ ਹੈ। ਚਬਾਈ ਦੀ ਕਿਵੇਂ ਬਾਈ? ਇੱਕ ਨੰਬਰ ਹੈ ਬਾਈ, ਧਾਰਾ ਮਾਰ ਲਿਆ ਪੂਰੀ। ਇੱਥੋਂ ਥਣ ਦਾ ਸਾਈਜ਼ ਚੈੱਕ ਕਰ ਸਕਦਾ? ਖੜਾ ਲੈ ਬੜੀ, ਖੜਾ ਲੈ, ਖੜਾ ਇੱਥੇ ਰੁਕ ਲਾ, ਖੜਾ ਲੈ ਬੜੀ ਇੱਥੇ, ਖੜਾ ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਤੇ ਸੁਭਾਅ ਦੀ ਵੀ ਠੰਡੀ ਲੱਗਦੀ ਆ। ਉਹ ਬੱਚਾ ਖੁੱਲ ਗਿਆ ਸਰ ਵੀ, ਆ ਲੈ ਚੱਲ ਬਾਈ, ਲੈ ਚੱਲ ਲੈ ਚੱਲ ਲੈ ਚੱਲ, ਆਪਣੇ ਡਿਊਟੀ ਨਿਭਾ ਦੂੰ, ਉਹ ਤਾਂ ਫੜ ਦੂਗਾ ਉਧਰ। ਸੂਆ ਤੀਜਾ ਕੀ ਰਿਕਾਰਡ ਆ ਦੂਜੇ ਸੂਏ ਦਾ ਲੱਗੀ? 15 ਕਿਲੋ ਤਾਂ ਕਹਿੰਦੇ ਨੇ ਬਾਈ, 15 ਕਿਲੋ ਤਾਂ ਦਿੱਤਾ ਹੈਗਾ। ਕਮਾਲ ਆ ਬਾਈ, ਵਧੀਆ ਸਰਦਾਰ ਬੰਦੇ ਤੋਂ ਲਈ ਹੈ। ਠੀਕ ਹੈ, ਹਾਂਜੀ ਹਾਂ, ਆ ਲਿਆ ਬਾਈ। ਇਸ ਵਾਰੀ ਕਿੰਨਾ ਪਾ ਦੂ? ਦੁੱਧੇ ਦਾ ਲੈਣਾ ਕੋਈ 15-16, ਕੋਈ ਜ਼ਿਆਦਾ ਨਹੀਂ ਹੈਗਾ ਬਾਈ, ਜੇ ਸੇਵਾ ਕਰੇ ਬੰਦਾ 18 ਲੈ ਗਿਆ। ਬੰਦੇ ਬਾਈ, ਬੰਦੇ 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 ਬੰਦੋ ਜੀ, ਬੰਦੋ। ਪੈਸੇ ਕਿੰਨੇ ਲਵਾਂਗੇ ਇਹਦੇ? ਪੂਰੀ ਇਹਦਾ ਮੁੱਲ ਦੇਖੋ, ਕੁਛ ਮਰਜ਼ੀ ਕਰਾ ਲਓ, 1,35,000 ਦੀ ਦੇ ਦਾਂਗੇ ਪੂਰੀ, 1,35 ਦੀ। ਹਾਂਜੀ, ਤੇ ਬਾਕੀ ਇੱਥੇ ਤੋਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ, ਥਣ ਦਾ ਸਾਈਜ਼ ਤੇ ਜੇਰ ਦੀ ਵੀਡੀਓ ਜਿਵੇਂ ਤੁਹਾਨੂੰ ਆਖਿਆ ਬਾਈ ਤੋਂ ਮੰਗਾ ਲਿਓ ਜਦੋਂ ਪੈਗੀ, ਵੀਡੀਓ ਬਣਾ ਲਈ ਲੱਗੀ ਇਹਦੀ। ਕੋਈ ਨਾ ਜੀ, ਕੋਈ ਨਾ, ਇਹ ਮਿਲੂ 1,35 ਦੀ ਤੇ ਹੁਣ ਤੋਰਦੇ ਆ ਮੈਂ। ਡਿਜ਼ਾਈਨ ਦੋਵੇਂ ਸਿੰਘਾਂ ਦਾ ਇੱਕੋ ਜਿਹਾ ਆ ਗਈ ਦਾਤੀ ਸਿੰਘ 'ਚ, ਪਰ ਬਾਡੀ ਵਾਲੀ ਮੈਂ ਆ। ਲੈ ਫੁਲਕਾਰੀ ਹੁਣ ਇਹਦੀ ਵੀ ਲਾ ਕੇ ਤੋਰ ਦੇ, ਲਾ ਦੇ ਨਹੀਂ, ਲਾ ਦੇ ਫੁਲਕਾਰੀਆਂ, ਲਾ ਦੇ ਇਹਨਾਂ ਦੇ ਬਾਡੀਆਂ, ਦਿਖਾ ਦੇ ਹੁਣ ਉੱਤੋਂ ਸਮਾਰ ਕੇ। ਲਓ ਜੀ, ਤੋਰ ਐ ਇਹਨੂੰ, ਬਣ ਗਈ ਨਾ ਗੱਲ, ਹੁਣ ਐਨ ਕਰਾ ਦੂੰਗਾ ਤਸੱਲੀ ਤੁਹਾਡੀ ਬਾਈ, ਹਰੇਕ ਪੱਖ ਤੋਂ। ਬਾਕੀ ਤਸੱਲੀ ਕਰਕੇ ਲਿਜਾਣ ਦਾ ਪਸ਼ੂ ਤੁਹਾਡਾ ਫਰਜ਼ ਬਣਦਾ। ਇੱਥੋਂ ਥਣ ਦਾ ਸਾਈਜ਼, ਆਰਡਰ ਕੁਆਲਿਟੀ, ਖੜਾ ਲੈ ਬੜੀ, ਦੁੱਧ ਉਹੀ ਗੱਲ ਆ ਵੀ ਜਿੰਨਾ ਦੁੱਧ ਬਾਈ ਦੱਸੂਗਾ ਉਹ ਤੁਸੀਂ ਡੰਗ ਤੋਂ ਡੰਗ ਚੋਲਿਓ। ਇਹਦਾ ਸੂਆ ਕਿਹੜਾ ਬਾਈ? ਤੀਜਾ ਬਾਈ, ਤੀਜਾ ਸੂਆ। ਕਿੰਨੇ ਦਿਨ ਦਾ ਸੂਆ ਹੋ ਗਿਆ? ਸੂਆ ਇਹਨੂੰ ਹੋ ਗਿਆ ਗੁਰੀ 12-13 ਦਿਨ ਵੀਰੇ। 12-13 ਦਿਨ ਦੀ ਸੂਈ ਦੇ ਨਾਲ ਬੱਚਾ ਵੀ ਆ ਗਿਆ। ਇਹਦਾ ਮੇਲ ਕਾਫ, ਮੇਲ ਕਾਫ ਦੁੱਧ ਹਾਜ਼ਰ ਕਿੰਨਾ? 13 ਕਿਲੋ ਦਾ, ਖੁੱਲਾ ਡੁੱਲਾ ਕੰਡੇ ਵਾਲਾ ਬਾਈ, ਕੰਡੇ ਲਾਉਣ ਵਾਲਾ। ਹਾਂਜੀ ਹਾਂ, ਲੀਟਰ ਵਾਲਾ ਤਾਂ ਨਹੀਂ ਕਿਸੇ ਦੇ? ਨਾ 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 ਨਾ, ਸਾਰੀਆਂ ਮਈਆਂ ਨੂੰ ਦੁੱਧ ਬਾਈ ਕਹਿੰਦਾ ਆ ਗਿਆ, ਕੰਡੇ ਲਾਉਣ ਵਾਲਾ। ਤੇ ਬਾਕੀ ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦੇ ਹੋ, ਲਿਆ ਬਾਈ। ਕੱਦ ਬਿੱਡ ਵੀ ਚੰਗਾ ਤੇ ਚੜਾਈ ਵੀ ਚੰਗੀ ਆ ਝੋਟੀ ਦੀ, ਬਾਡੀ ਦੀ ਥਣ ਦਾ ਸਾਈਜ਼ ਸੋਹਣਾ ਰੱਖਦੇ। ਚਬਾਈ ਦੀ ਕਿਵੇਂ ਬਾਈ? ਇੱਕ ਨੰਬਰ ਆ ਬਾਈ, ਫੋਕੀ ਚਬਾਈ ਆ ਬਿਲਕੁਲ, 100 ਦੀ 100। ਹਾਂਜੀ ਹਾਂ, ਇਹਦੇ ਲੱਗੀ ਪੈਸੇ ਕਿੰਨੇ ਲਵਾਂਗੇ ਬਾਈ? ਇਹਦਾ ਜੀ 1,20,000 ਰੁਪਇਆ ਲੈਣਾ ਗੁਰੀ, ਬਸ ਮੁੱਲ ਨਹੀਂ ਕਰਨਾ ਅੱਜ। 1,20,000 ਇਹ ਝੋਟੀ ਦਾ ਲੈਣਾ ਦੁੱਧ, ਕੰਡੇ ਵਾਲਾ 13 ਕਿਲੋ। ਸੂਆ ਕਿੰਨੇ ਦਿਨ ਦੱਸਿਆ? ਸੂਆ ਹੋ ਗਿਆ 12-13 ਦਿਨ ਇਹਨੂੰ ਬਾਈ, 12-13 ਦਿਨ ਅਜੇ ਮੈਲਾ ਚੱਲੀ ਨਹੀਂ, ਮੈਂ ਵੱਧ ਸਕਦੇ ਕਿਲੋ? ਹਾਂ ਵਧੂਗੀ ਵਧੂਗੀ ਜੀ, ਮੈਲਾ ਨਹੀਂ ਚੱਲੀ ਹਜੇ। ਠੀਕ ਆ ਗੱਲ, ਧੋਰ ਬਾਈ ਅਗਲੇ ਨੰਬਰ ਵਾਲੀ। ਆ ਕੱਟੀ ਆ ਗਈ ਸ਼ਕੀਨ, ਇਹਦੀ ਲਾ ਦੇ ਫੁਲਕਾਰੀ। ਹਾਂ ਇਹਦੀ ਬਾਡੀ ਦਿਖਾ ਯਾਰ, ਲੈ ਮੈਨੂੰ ਫੜਾ ਸੇ ਵੀ ਧੋਰ। ਇਹ ਬਰੀਕ ਬਹੁਤ ਆ ਗਈ ਕੱਟੀ ਹੈ ਨਾ, ਪੂਰਾ ਝਾੜ ਲਈ। ਹਾਂ ਬਰੀਕ ਬਹੁਤ ਆ ਗਈ, ਦੰਦਾਂ 'ਚ ਆ ਗਈ, ਦੋ ਦੰਦ ਜੱਤ ਵਾਲੀ ਕੱਟੀ ਆ ਗਈ, ਬਿਲਕੁਲ ਨਵੇਂ ਹਾਣ 'ਚ ਜੈੱਡ ਬਲੈਕ ਹੈ ਗੁਰੂ, ਉਹਦੇ ਮੂਹਰੇ ਤੇ। ਹਾਂ ਹੈਵੀ ਜੈੱਡ ਬਲੈਕ, ਬਿਲਕੁਲ ਨਹੀਂ, ਹਾਂ ਜਵਾਬ ਬਿਲਕੁਲ ਜੈੱਡ ਬਲੈਕ ਹੈ। ਲੈ ਚਲ ਬਾਈ, ਐ ਨੂੰ ਲੈ ਚਲ, ਉਧਰਲੇ ਬੰਨੇ, ਇੱਧਰ ਇੱਧਰ ਰਿਹਾ ਸੀ ਨਾ, ਉਧਰ ਉਧਰ, ਚਲੋ ਲੈ ਚਲ। ਤੇ ਬਾਕੀ ਉਹ ਥਾਣਾ ਦਾ ਗੈਪ ਚੈੱਕ ਕਰ ਸਕਦੇ ਹੋ, ਗੈਪ ਬਹੁਤ ਰੱਖਦੀ ਆ ਥਾਣਾ 'ਚ। ਸੂਆ ਕਿੰਨੇ ਦਿਨ ਦਾ ਲੱਗੀ? ਹੈ ਜੀ, ਸੂਈ ਤਾਂ ਇਹਨੂੰ 6 ਦਿਨ ਹੋਏ ਨੇ ਗੁਰੀ, 2 ਦਿਨਾਂ ਬਾਅਦ ਬੱਚਾ ਮਰ ਗਿਆ ਜੀ ਬਾਈ। ਠੀਕ ਹੈ, ਪੈਰ ਨਹੀਂ ਚੱਕਿਆ ਕੱਟੀ ਨੇ ਤੇ, ਇੰਨੀ ਵਧੀਆ ਲੱਗੀ ਉਹਦੀ, ਧਾਰਾ ਮਾਰ ਕੇ ਦਿਖਾ ਦੇ ਚਾਹੇ। ਅੱਛਾ, ਮੂਹਰੇ ਤੇ ਲੱਗ ਗਈ? ਲੈ ਉਰੀ ਉਰੀ ਮਾਰੀ ਧਾਰਾ, ਛੱਡ ਦੇ ਆ, ਫੜ ਡੰਡਾ, ਰੋਕ ਲਾ ਆ, ਮੂਹਰੇ ਤੇ ਦਿਖਾ ਦੇ, ਫੜ ਇਹਨੂੰ, ਫੜ ਧਾਰਾਂ ਦਿਖਾ ਦੇ, ਮੂਹਰੇ ਤੇ ਮਾਰ ਕੇ ਫਿਰ ਤਸੱਲੀ ਹੋ ਜਾਣੀ ਆ ਦੇਖਣ ਵਾਲੇ ਭਰਾਵਾਂ ਨੂੰ, ਫਿਰ ਲਿਜਾਣ ਵਾਲੇ ਸੱਜਣ ਨੂੰ ਵੀ ਤਸੱਲੀ ਹੋ ਜੂਗੀ, ਦੇਖਣ ਵਾਲੇ ਨੂੰ ਵੀ ਹੋ ਜੂਗੀ ਜਿਹੜੇ ਨੇ ਦੇਖਣਾ। ਦੰਦਾਂ 'ਚ ਕਿਵੇਂ ਲੱਗੀ ਕੱਟੀ? 2 ਦੰਦ ਆ ਬਾਈ, ਫਰੀ ਜੇ ਬੱਚਾ, ਹੁਣ ਤਾਂ ਚੈੱਕ ਕਰ ਲਾ ਜੇ, ਪਿਓਰ ਦੋ ਗਰੰਟੀ ਆ ਕੀ ਦੇਖੀ, ਆ ਧਾਰਾਂ ਦਿਖਾਈਆਂ ਮਾਰ ਕੇ, ਬੱਚੇ ਬੱਚੇ ਵਾਲੀ, ਬੱਚੇ ਵਾਲੀ ਮੈਂ ਵੀ ਨਹੀਂ ਖੜਦੀ ਹੈਗੀ ਬਈ, ਹੁਣ ਅਗਲਿਆਂ 'ਚ ਮਾਰ ਦੇ। ਚਵਾਈ ਜੀ ਤਾਂ ਮੋਟੀ ਆ, ਬਾਕੀ ਪਾਸ ਕਰਕੇ ਜੇ ਤੁਸੀਂ ਬਾਈ ਅਜੇ ਚਵਾਈਆਂ ਲੱਗ ਕੇ ਕੱਟੀ ਤਾਂ ਚੋਲ ਹੋਰ ਹੀ ਬਣ ਜਾਣਾ ਹੈਗਾ, ਅਜੇ ਸੂਈ ਨੂੰ ਜਮਾ 5-6 ਦਿਨ ਹੋਏ ਨੇ। ਠੀਕ ਹੈ, ਮੈਂ ਕਿਸੇ ਚੋਦਾ ਨਹੀਂ ਹੈਗਾ, ਇੱਦਾਂ ਤਾਂ ਪੈ ਖੱਡੀ ਜੇ ਜਾਂਦੀ ਹੈ ਵਾਲੀ, ਉਦਾਂ ਤਾਂ ਨਹੀਂ ਛੱਡ ਲਾ ਸਿੱਪਾ। ਨਾ ਨਾ, ਚਵਾਈ ਤਾਂ ਦੇਖੋ ਪੂਰੀ ਸੀਲ ਦੇਖ ਜਾ ਕੱਟੀ ਥਣ ਦੇਖ, ਅਜੇ 54 ਲੱਖ ਤੇ ਦੁੱਧ ਹੁਣ 10 ਕਿਲੋ ਹੈ, ਕੰਡੇ ਵਾਲਾ ਹੈਗਾ, 6-7 ਦਿਨਾਂ ਹੀ ਥੱਲੇ। ਹਾਂ ਜੀ ਹਾਂ, ਤੇ ਆ ਗਈ ਬਰੀਕ ਅੱਗੇ ਬਣਨ ਵਾਲੀ ਆਈਟਮ ਆ, ਕਮਾ ਦੇ ਕੇਰਾਂ ਹੋਰ ਚੋ ਬਰਾਇਨ ਨੂੰ, ਹੈਵੀ ਹਰਿਆਣੇ ਦੀ ਗੁਰੀ, ਤੇ ਲੱਗੀ ਹੋਈ ਆ ਮੂਹਰੇ ਤੇ ਦੰਦਾਂ 'ਚ 2 ਦੰਦ ਤੇ ਕਵਾਲਤੀ ਜਾਤ ਨਸਲ ਦੀ ਗੱਲ ਕਰ ਲਾਂ, ਗੈਪ ਬਹੁਤ ਖੁੱਲਾ ਥਣਾਂ ਦੇ ਵਿੱਚ, ਤਕਰੀਬਨ ਗਿੱਠ ਦੇ ਏੜ ਗੇੜ ਗੈਪ ਆ ਥਣਾਂ 'ਚ।
ਲੈ ਚੱਲ ਬਾਈ ਆਰਡਰ ਰੱਖੂਗੀ ਫਿਕਸ ਹਨਾ ਜਿਵੇਂ ਬਾਹਰ ਵਾਲੀਆਂ ਗਾਵਾਂ ਦਾ ਹੁੰਦਾ। ਹਾਂਜੀ ਹਾਂ ਕਿੰਨਾ ਕੁ ਦੁੱਧ ਪਾ ਸਕਦੀ ਆ ਲੱਕੀ ਇਹ? ਦੁੱਧ ਗੁਰੀ ਜੇ ਬੰਦਾ ਸੇਵਾ ਕੱਟ ਕੇ ਕਰੇ ਨਾ 14-15 ਕਿਲੋ ਤੇ ਇਹਨੂੰ ਕੋਈ ਜ਼ਿਆਦਾ ਨਹੀਂ ਹੈਗਾ ਜਿਵੇਂ ਦੁੱਧ ਚੱਲੀ ਆ ਗੱਟੀ। ਦੋ ਦੰਦ ਗੱਟੀ ਨੂੰ? ਹਾਂ ਹਜੇ ਮੈਲਾ ਮੂਲਾ ਨੂੰ ਚੱਲੀ, ਸੂਈ ਨੂੰ ਵੀ ਸਾਰਾ ਹਫ਼ਤੇ ਦੇ ਅੰਦਰ ਦਾ ਸੂ ਹੈਗਾ। ਪੈਸੇ ਕਿੰਨੇ ਲਵਾਂਗੇ ਲੱਕੀ ਇਹਦੇ? 1,35,000 ਰੁਪਇਆ ਬਾਈ। 1,35,000? ਹਾਂਜੀ। ਮਾਨਤਾਨ ਕੋਈ? ਮਾਨਤਾਨ ਛੋਟ ਛੱਪਾ ਕਰ ਦਾਂਗੇ ਗੁਰੀ। ਮਾਨਤਾਨ ਛੋਟ ਛੱਪਾ ਹੋ ਜੂ? ਹੋ ਜੂਗਾ ਜੀ, ਹੋ ਜੂ, ਕਰ ਦਾਂਗੇ। ਤੇ ਹੁਣ ਆਪਾਂ ਦਿਖਾ ਦੇਣਾ ਤੁਹਾਨੂੰ। ਹਾਂ ਮੈਂ ਯਾਰ ਇਹ ਬਾਡੀ ਬੂਡੀ ਵਾਲੀ ਡਬਲ ਆ ਨਾ, ਇਹਦੀ ਦਿਖਾ ਬਾਡੀ ਤਰ੍ਹਾਂ ਨੂੰ ਲਾ ਦੇ ਬੱਗਾ ਲਾ। ਚੜਾਈ ਵੀ ਫੁੱਲ ਆ ਗਈ ਉੱਤੋਂ ਤੇ ਆ ਗਈ ਜੱਤ ਵਾਲੀ ਝੋਟੀ ਆ ਗਈ। ਤੇਰਾ ਸੂਆ ਲੱਕੀ ਦੂਜਾ ਜੀ? ਤੋਰ ਬਾਈ, ਤੋਰ ਬਾਈ ਹੜਿਆ ਨਾ ਗੱਲ, ਤੋਰ ਰਿਆ ਕਰ ਖੋਲ ਕੇ। ਸੂਆ ਦੂਜਾ ਤੇ ਲੰਬਾਈ ਵੀ ਫੁੱਲ ਆ ਗਈ ਇੱਥੋਂ, ਜਾਨ ਵੀ ਫੁੱਲ ਆ ਗਈ। ਜਿਵੇਂ ਤੁਹਾਨੂੰ ਮੈਂ ਦੱਸਿਆ ਲੈਬ ਦੇ ਵਿੱਚ ਵੀ ਪਹਿਲਵਾਨ ਵਾਲਾ ਕੰਮ ਹੈ, ਪਹਿਲਵਾਨ ਤਿਆਰ ਕਰਨਾ ਬੜਾ ਔਖਾ, ਕਹਿੰਦੇ ਘਰ ਖਾਂਦਾ ਸਾਰਾ ਸਿੰਗ ਆ ਗਿਆ ਜਮਾ ਬੰਦਾ, ਨਾਲ ਇਹਦੇ ਆ ਗਈ ਕੱਟੀ ਆ ਜਾਂਦੀ ਆ ਮਾਗਰੇ ਤੁਸੀਂ। ਸੂਆ ਕਿੰਨੇ ਦਿਨ ਦਾ? ਸੂਆ ਇਹਨੂੰ 5 ਦਿਨ ਹੋਏ ਨੇ ਗੁਰੀ, ਸੂਈ ਨੂੰ 4 ਦਿਨ ਬਾਈ। 4-5 ਦਿਨਾਂ ਦੀ ਸੂਈ ਹੋਈ ਆ, ਬਾਡੀ ਕਰਦੀ ਆ ਲਿਸ਼ ਲਿਸ਼ ਉੱਤੋਂ, ਬਾਕੀ ਲੰਬੀ ਵੀ ਫੁੱਲ ਆ, ਕੱਦ ਵੀ ਫੁੱਲ ਆ ਤੇ ਜਾਨ ਵੀ ਫੁੱਲ ਆ, ਸਿੰਗ ਜਮਾ ਬੰਦ, ਸਿੰਗ ਆ ਗਿਆ ਬਿਲਕੁਲ ਬੰਦ, ਘੁਮਾ ਦੇ ਗੇਰਾ ਹੋ ਰਿਹਾ ਇਹਨੂੰ। ਕਿੰਨਾ ਬੋਲਾ ਹਾਜ਼ਰਾ ਬਾਈ? ਬੋਲਾ ਗੁਰੀ 12 ਕਿਲੋ ਤਾਂ ਹੋਊਗਾ ਬਾਈ ਹੁਣ। 12 ਕਿਲੋ ਹਾਜ਼ਰ? ਹਾਂਜੀ ਹਾਂ, ਸਟਾਰਟਿੰਗ ਹੋਈ ਆ ਮੰਨ ਲਓ। ਠੀਕ ਆ ਗੱਲ, ਬੋਲੇ ਤੋਂ ਠੀਕ ਆ ਜੀ। ਹਾਂ ਇਕੱਲੇ ਬੋਲੇ ਤੋਂ ਸਾਫ਼ ਕਰੀ ਆ ਜੀ, ਬੋਲੇ ਚੋਂ ਬਾਈ ਕਹਿੰਦਾ ਸਾਫ਼ ਆ। ਤੇ ਬਾਕੀ ਝੋਟੀ ਦੀ ਯਾਰ ਖੜਨ ਨੂੰ ਰੋਹਬ ਚੈੱਕ ਕਰ ਸਕਦੇ, ਉੱਥੇ ਵੀ ਰੋਹਬ ਕਿੰਨਾ ਪੈਂਦਾ ਝੋਟੀ ਦਾ ਖੜੀ ਦਾ, ਜਿਵੇਂ ਅਕਸਰ ਮੇਲਿਆਂ ਤੇ ਪਸ਼ੂ ਖੜੇ ਹੁੰਦੇ ਨੇ ਨਾ, ਉਹ ਗੱਲਬਾਤ ਹੈ, ਨਾਲ ਵੀ ਕੱਟੀ ਆ ਤੇ ਆਪ ਵੀ ਸੁੱਖ ਨਾਲ ਕੱਟੀ ਆ ਗਈ ਜਮੀ, ਜਿਵੇਂ ਦੂਜਾ ਸੂਆ ਪਹਿਲਿਆਂ ਜੀ ਖਪਦੀ ਆ। ਬਾਕੀ ਇੱਥੋਂ ਸਿੰਗ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ, ਬੰਦ ਸਿੰਗ 'ਚ ਆ ਗਈ, ਆਹ ਨਾਲ ਆ ਗਈ ਕੱਟੀ, ਇਹਦੇ ਬੰਦ ਹੈ ਬਾਈ। ਲੱਕੀ ਇਹਦੇ ਪੈਸੇ ਬਾਈ ਝੋਟੀ ਦਾ ਕਿੰਨੇ ਲਵੇਗਾ? 1,85,000 ਰੁਪਇਆ ਬਾਈ। 1,85,000 ਤੇ ਬਾਡੀ ਚੈੱਕ ਕਰ ਸਕਦੇ ਹੋ ਬਾਈ ਉਰੋਂ, ਲੈ ਬਾਈ ਬੱਚਾ ਬੰਦ ਸਿੰਘ ਉੱਤੋਂ ਚੈੱਕ ਕਰ ਸਕਦੇ ਹੋ, ਬਾਡੀ ਵਾਲੀ ਝੋਟੀ ਆ ਗਈ ਤੇ ਕੁਆਲਿਟੀ ਆ ਗਈ ਟੌਪ ਤੇ ਆ ਗਈ ਠੰਡੀ ਝੋਟੀ ਜਮਾ। ਇਹਦੇ ਪੈਸੇ ਲੱਕੀ 1,85 ਚੋਂ ਮਾਨਤਾਂ ਨੂੰ ਕਰ ਦਾਂਗੇ ਜੀ। ਹੈ ਕਰ ਦਾਂਗੇ ਬਾਈ। ਕਿੰਨਾ ਕੁ ਹੋਜੂ? 81 ਦੀ ਝੋਟੀ ਦੇ ਦਾਂਗੇ। ਹੈਂ 81 ਦੀ ਦੇ ਦਾਂਗੇ। 1,80,000 ਦੀ? ਹਾਂਜੀ। ਸੰਭਾਲ ਬਹੁਤ ਹੈ ਚਬਾਈ ਦੀ ਕਿੰਨੇ ਬਾਈ? ਚਬਾਈ ਦੀ 1 ਨੰਬਰ ਹੈ, 100 ਦੀ 100। ਹਾਂ ਜਮਾ 100 ਦੀ 100 ਹੈ ਬਾਈ। ਕਿੰਨਾ ਕੁ ਦੁੱਧ ਪਾਊਗੀ? ਦੁੱਧ ਦੇ ਦੂਗੀ 16-17 ਕਿਲੋ। 16-17 ਕਿਲੋ? ਹਾਂਜੀ ਹਾਂ। ਆ ਬਾਡੀ ਦੇ ਹਿਸਾਬ ਨਾਲ, ਜਾਤ ਨਸਲ ਦੇ ਹਿਸਾਬ ਨਾਲ ਦੇਣਾ ਚਾਹੀਦਾ, ਬਾਕੀ ਜਿਹੜੇ ਭਰਾ ਨੇ ਲੈਣੀ ਆ ਉਹਨੇ ਬਾਈ ਲੈਣੀ ਆਪਦੀ ਸਮਝ ਲੈਣਾ ਹਨਾ। ਹਾਂਜੀ ਹਾਂ। ਆ ਨਾਲ ਇਹਦੇ ਆ ਗਈ ਕੱਟੀ ਤੇ ਹੁਣ ਆ ਮੈਂ ਤੋਰ ਦੇ, ਇਹਦਾ ਸੂਆ ਕਿਹੜਾ? ਇਹਦਾ ਤੀਜਾ ਬਾਈ। ਤੀਜਾ ਸੂਆ? ਹਾਂਜੀ। ਸਿੰਘ ਖੁੱਲਾ ਆ ਗਿਆ ਥੋੜਾ ਹਨਾ, ਜੋੜਾ ਕਿੱਥਾ ਤੋਰ ਬਾਈ? ਨਾ ਕੱਲੀ ਕੱਲੀ ਤੋਰ, ਕੱਲੀ ਕੱਲੀ ਤੋਰ ਦੇ, ਚੱਲ ਕੱਲੀਏ ਤੋਰ ਦੇ, ਜੋੜਾ ਥੋੜਾ ਭੱਜ ਜਾ ਵੀ ਲੈਂਦਾ। ਤੋਰਦੇ ਇਹਦਾ ਸੂਆ ਕਿੰਨੇ ਦਿੰਦਾ ਬਾਈ? ਇਹਨੂੰ ਵੀ 5-4 ਦਿਨ ਹੋਏ ਨੇ ਗੁਰੀ ਸੂਈ ਨੂੰ, ਜਮਾ ਤਾਜ਼ੀ ਸੂਈ ਆ ਬਾਈ। ਐਂ ਅੰਦਰੀ ਅੰਦਰੀ ਤੋਰਦੇ? ਹਾਂ ਅੰਦਰੀ। 4-5 ਦਿਨਾਂ ਦੀ ਸੂਈ ਹੋਈ ਆ, ਨਾਲ ਇਹਦੇ ਮੇਰਾ ਖਿਆਲ ਮੇਲ ਕਾਫ ਆ ਨਾ। ਹਾਂਜੀ ਹਾਂ। ਕੱਦ ਇਹਦਾ ਦਰਮਿਆਨਾ ਆ ਗਿਆ, ਪਰ ਜ਼ੋਰ ਵਾਲੇ ਨੇ ਮੈਂ ਜਾਣਾ, ਜ਼ੋਰ ਵਾਲੀ ਮੈਂ ਆ ਗਈ, ਕੱਦ ਕਾਠ ਇਹਦਾ ਆ ਗਿਆ ਦਰਮਿਆਨਾ, ਇੱਥੋਂ ਹੋਰ ਕਮਾ ਦੇ ਕੇਰਾ ਪਰਾਂ ਨੂੰ ਕਮਾ ਦੇ, ਕਮਾ ਦੇ ਸੇਵਕਾ। ਕਿੰਨਾ ਕੁ ਬੋਲਾ ਹਾਜ਼ਰ ਹੈ? ਬੋਲਾ ਗੁਰੀ ਇਹਦੇ ਥੱਲੇ ਬਈ 11 ਕਿਲੋ ਦਾ ਕੰਡੇ ਵਾਲਾ ਹੈਗਾ। 11 ਕਿਲੋ ਕੰਡੇ ਵਾਲਾ, ਪਰ ਜ਼ੋਰਾਂ ਦਾ ਅੰਤ ਨਹੀਂ ਕੋਈ ਹੈ ਨਾ। ਇਹ ਵੀ ਕਿਸੇ ਸੱਜਣ ਨੇ ਚੰਗੀ ਖੁਰਾਕ ਪਾ ਕੇ ਤਿਆਰ ਕਰੀ ਹੋਈ ਆ। 12 ਕਿਲੋ ਬਾਈ ਕਹਿੰਦਾ ਕੰਡੇ ਵਾਲਾ ਹਾਜ਼ਰ ਹੈ ਇਹਦੇ ਕੋਲੇ, ਤੁਸੀਂ ਚਾਹੇ 11 ਮੰਨ ਕੇ ਆ ਜਾਓ, ਲੈ ਚੱਲ ਬਾਈ। ਚਬਾਈ ਲੈਬ ਦੇ ਵਿੱਚ ਇਹਦੀਆਂ ਮੇਰਾ ਖਿਆਲ ਧਾਰਾਂ ਆਪਾਂ ਦਿਖਾਤੀਆਂ ਮਾਰ ਕੇ ਨਾ। ਹਾਂਜੀ ਹਾਂ। ਸਾਰੇ ਮਾਲ ਗੁਰੀ 1 ਨੰਬਰ ਹੈ ਵੀਰੇ, ਲੈਬ 'ਚ ਇਹਦੀਆਂ ਮਾਰ ਕੇ ਦਿਖਾਤੀਆਂ, ਮੈਨੂੰ ਥਣ ਦੇ ਹਿਸਾਬ ਨਾਲ ਲੱਗਿਆ ਸੀ ਵੀ ਟਾਈਟ ਨਾ ਹੋਵੇ, ਪਰ ਉਹ ਤਸੱਲੀ ਬਾਈ ਨੇ ਕਰਾਤੀ। ਬਾਕੀ ਜਿਹੜਾ ਭਰਾ ਲੈ ਕੇ ਜਾਊਗਾ ਉਹ ਬਾਈ ਚਾਹੇ ਬਾਈ ਤੋਂ ਪਾਸ ਕਰਕੇ ਲੈ ਜਾਓ। ਦੁੱਧ ਕਿੰਨਾ ਪਾ ਸਕਦੀ ਹੈ ਲੱਕੀ? 30 ਕਿਲੋ ਦੁੱਧ ਦੇ ਦੂ, 13-14 ਕਿਲੋ ਗੁਰੀ। 13-14 ਕਿਲੋ? ਹਾਂਜੀ ਹਾਂ। ਪੈਸੇ ਕਿੰਨੇ ਲਵੇਗਾ? 1,20,000 ਰੁਪਇਆ। 1,20,000? ਹਾਂਜੀ। ਮਾਨਤਾਣੇ ਚੋਂ? ਮਾਨਤਾਣ ਹੋ ਜੂ ਬਾਈ। ਆ ਜੋੜੇ ਜੋੜੇ ਦੀ ਪਹੁੰਚ ਕੇ ਬੋਲਤਾ ਆਪਾਂ ਨੇ ਪਹਿਲਾਂ ਲਾਈਵ ਚ ਵੀ, ਆ ਜੋੜੇ ਸਿੰਗਲ ਪੀਸ ਦੀ ਨਹੀਂ ਹੋਣੀ। ਠੀਕ ਹੈ, ਹੋਊ ਜੋੜੇ ਦੀ। ਇਹਦਾ ਸੂਆ ਕਿਹੜਾ?
ਇਹਦਾ ਵੀ ਤੀਜਾ ਸੂਆ ਜੀ, ਇਹਦੇ ਨਾਲ ਕੱਟੀ ਆ ਹਨਾ, ਇਹਦੇ ਨਾਲ ਕੱਟੀ ਆ ਜੀ, ਇਹਦੇ ਨਾਲ ਆ ਗਈ ਸੱਜਣੋ ਸੂਈ ਆ, ਦੋਨੇ ਇੱਕ ਦੋ ਦਿਨ ਦੇ ਫਰਕ ਆ, ਰੰਗ ਪੈਜ ਵਾਲੀ ਚੰਗੀ ਆ ਨਾ ਇਹ। ਹਾਂਜੀ ਹਾਂ, ਤੇ ਬਾਕੀ ਆਰਡਰ ਕੁਆਲਿਟੀ ਬਹੁਤ ਸੋਹਣੀ ਆ ਇਹਦੀ। ਇਹਦਾ ਸੂਆ ਕਿੰਨੇ ਦਿਨ ਦਾ ਬਾਈ? ਇਹਨੂੰ ਵੀ 5 ਦਿਨ ਹੋਏ ਨੇ ਬਾਈ, 5 ਦਿਨਾਂ ਦੀ ਸੂਈ ਕੋਲੇ ਦੁੱਧ ਹਾਜ਼ਰ। ਇਹ 12 ਕਿਲੋ 11 ਕਿਲੋ ਮੱਲੋ ਜੀ, ਕੰਡੇ ਵਾਲਾ ਐਨ ਖੁੱਲਾ ਡੁੱਲਾ, ਕੰਡੇ ਲਾਉਣ ਵਾਲਾ। ਹਾਂਜੀ ਹਾਂ, ਆ ਲੈ ਚੱਲ ਲੈ ਚੱਲ, ਇਹਨੂੰ ਲੈ ਚੱਲ, ਕੋਈ ਨਾ ਕੋਈ ਬੱਚੇ ਦਾ ਬਾਲਾ ਕਰਦੀ ਆ, ਲੈ ਚੱਲ ਲੈ ਚੱਲ ਲੈ ਚੱਲ, ਬੱਚੇ ਦੇ ਲੈ ਚੱਲ, ਪਰੇਸ਼ਾਨ ਨਾ ਕਰ ਬੱਚੇ ਦੇ, ਲੈ ਚੱਲ ਸੇਵਕਾ। ਉਹ ਮੈਂ ਇਹਨੂੰ ਮੋੜ ਕੇ ਸਿੱਧੀ ਕਰਕੇ ਖੜਾ ਕਰਦੀ, ਕਿੰਨਾ ਕ ਪਾ ਸਕਦੀ ਆ ਲੱਕੀ? ਦੁੱਧ ਇਹ ਵੀ ਕੋਈ 14-15 ਕਿਲੋ ਦੇ ਦੂ ਬਾਈ, 14-15। ਉਹ ਆ ਗਈ ਬਾਡੀ ਵਾਲੀ, ਜਾਨ ਵਾਲੀ ਮੈਂ ਆ ਗਈ ਹੈ ਨਾ। ਹਾਂਜੀ ਹਾਂ, ਬਾਕੀ ਆਰਡਰ ਕੁਆਲਿਟੀ ਬਹੁਤ ਸੋਹਣੀ ਰੱਖਦੀ ਆ, ਥਣ ਦਾ ਸਾਈਜ਼ ਬਹੁਤ ਸੋਹਣਾ। ਇਹਦੇ ਪੈਸੇ ਬਾਈ? ਇਹਦਾ ਵੀ 1,22,000 ਹੈਗਾ ਜੀ, ਦੋਵੇਂ ਜੋੜਾ ਯਾਰ ਗੁਰੀ, 2,40,000 ਦਾ ਦੇ ਦਾਂਗੇ, ਤੇ ਅੰਮ੍ਰਿਤਸਰ ਤੱਕ ਦੀ ਪਹੁੰਚ ਦੇ ਦਾਂਗੇ ਜੋੜੇ ਦੀ। ਠੀਕ ਆ ਗੱਲ। ਹਾਂਜੀ, ਇਹ ਜੋੜੇ ਦੀ ਬਾਈ ਕਹਿੰਦਾ ਅੰਮ੍ਰਿਤਸਰ ਤੱਕ ਦੀ ਪਹੁੰਚ ਕਰ ਦਾਂਗੇ 2,40,000 ਚ, ਤੇ ਨੰਬਰ ਬੋਲ ਦੇ ਰੱਖੀ ਤੇਰਾ, 62,396 ਜੀ। ਹਾਂਜੀ, 0,88,92 ਜੀ, 62,396। ਹਾਂ ਬਾਈ, 0,88,92। ਹਾਂਜੀ, 0,88,92। ਆ ਜਗ੍ਹਾ ਬਾਈ ਦੀ ਆ ਗਈ ਲਹਿਰਾ ਗਾਗਾ, ਨੇੜੇ ਪੁਲਿਸ ਥਾਣਾ ਹਨਾ। ਹਾਂਜੀ ਹਾਂ, ਗਊਸ਼ਾਲਾ ਰੋਡ, ਬੁੱਧਰਾਮ ਦੀ ਚੱਕੀ ਨਜ਼ਦੀਕ ਜੀ। ਠੀਕ ਹੈ ਗੱਲ। ਹਾਂਜੀ, ਤੇ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਲਗਾਤਾਰ, ਇਹਨਾਂ ਚੋਂ ਜਿਹੜਾ ਵੀ ਪਸ਼ੂ ਤੁਹਾਡੇ ਪਸੰਦ ਆਊਗਾ ਬਾਈ, ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ। ਧੰਨਵਾਦ ਜੀ।